ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ। ਜਿਸ ਤਰ੍ਹਾਂ ਦੇ ਨਾਲ ਵੈਬ ਸੀਰੀਜ਼ ਹੁਣ ਲਗਾਤਾਰ ਆ ਰਹੀਆਂ ਨੇ ਗੀਆਂ, ਬਹੁਤੇ ਫਿਲਮਾਂ ਨੇ ਜਿਹੜੀਆਂ ਹੁਣ ਵੈਬ ਤੇ ਰਿਲੀਜ਼ ਹੋ ਰਹੀਆਂ ਨੇ, ਵੈਬ ਸੀਰੀਜ਼ ਉਹਨਾਂ ਦੀ ਬਣਾਈਆਂ ਜਾਂਦੀਆਂ ਨੇ ਅਲੱਗ-ਅਲੱਗ, ਪਰ ਇੱਕ ਨਵੀਂ ਫਿਲਮ ਆ ਰਹੀ ਹੈ ਪਤਾਲ ਲੋਕ, ਤੇ ਉਸ ਨੂੰ ਲੈ ਕੇ ਜੇ ਕਹੀਏ ਕਿ ਵਿਵਾਦ ਖੜਾ ਹੋ ਚੁੱਕਿਆ, ਕਈ ਜਗ੍ਹਾ ਤੇ ਸਵਾਲ ਚੁੱਕੇ ਗਏ ਨੇ ਤੇ ਕਈ ਜਗ੍ਹਾ ਤੇ ਸ਼ਿਕਾਇਤਾਂ ਵੀ ਦੇਖਣ ਨੂੰ ਮਿਲੀਆਂ ਨੇ, ਪਰ ਠੋਸ ਰੂਪ ਦੇ ਵਿੱਚ ਜੇ ਕਿਹਾ ਜਾਵੇ ਤਾਂ ਹੁਣ ਇਸ ਫਿਲਮ ਦੀਆਂ ਮੁਸ਼ਕਲਾਂ ਕਿਸ ਤਰ੍ਹਾਂ ਦੇ ਨਾਲ ਵੱਧ ਸਕਦੀਆਂ ਨੇ ਕਿ ਆਖਿਰਕਾਰ ਜਿਹੜੇ ਪੰਜਾਬੀ ਪ੍ਰੇਮੀ ਪੰਡਿਤ ਰਾਓ ਨੇ ਉਹਨਾਂ ਨੇ ਇਸ ਫਿਲਮ ਸੰਬੰਧੀ ਹੈ ਜਿਹੜੀ ਸ਼ਿਕਾਇਤ ਉਹ ਹੁਣ ਵੁਮੈਨ ਕਮਿਸ਼ਨ ਨੂੰ, ਮਾਈਨੋਰਟੀ ਕਮਿਸ਼ਨ ਨੂੰ ਤੇ SC/ST ਕਮਿਸ਼ਨ ਨੂੰ ਹੈ ਜਿਹੜੀ ਭੇਜੀ ਹੈ ਕਿ ਉਹਨਾਂ ਨੇ ਕਈ ਤਰ੍ਹਾਂ ਦੇ ਇਤਰਾਜ਼ ਠਾਏ ਨੇ। ਕਿਹਾ ਜਾ ਸਕਦਾ ਕਿ ਫਿਲਮ ਆਉਣ ਤੋਂ ਪਹਿਲਾਂ ਹੀ ਇੱਕ ਵੱਡੇ ਇਤਰਾਜ਼ ਖੜੇ ਹੋ ਗਏ, ਨਾਲ ਹੀ ਹੁਣ ਉਹਨਾਂ ਨੇ ਵੀ ਸਵਾਲ ਖੜਾ ਕੀਤਾ ਕਿ ਜੋ ਵੈਬ ਸੀਰੀਜ਼ ਲਗਾਤਾਰ ਲਾਂਚ ਹੋ ਰਹੀਆਂ ਨੇਗੀਆਂ ਤਾਂ ਉਹਨਾਂ ਦੇ ਉੱਤੇ ਕੋਈ ਸੈਂਸਰ ਕਿਉਂ ਨਹੀਂ? ਪੰਡਿਤ ਜੀ, ਪਤਾਲ ਲੋਕ ਨੂੰ ਲੈ ਕੇ ਦੇਖਿਆ ਜਾਵੇ ਕੀ ਤੁਹਾਨੂੰ ਲੱਗਦਾ ਕਿ ਉਹਦੇ 'ਚ ਗਲਤ ਹੈਗਾ? ਸ਼ਿਕਾਇਤਾਂ ਕਈ ਹੋਰ ਜਗ੍ਹਾ 'ਤੇ ਵੀ ਦੇਖਣ ਨੂੰ ਮਿਲੀਆਂ ਜੀ। ਪਤਾਲ ਲੋਕ ਇੱਕ ਬਹੁਤ ਖਤਰਨਾਕ ਵੈਬ ਸੀਰੀਜ਼ ਹੈ ਜਿਸ ਦੇ ਵਿੱਚ ਅੰਮ੍ਰਿਤਧਾਰੀ ਸਿੱਖ ਨੂੰ ਗਲਤ ਪੇਸ਼ਕਾਰੀ ਕੀਤੀ ਗਈ ਹੈ ਕਿ ਜਿਵੇਂ ਉਹ ਬਲਤਕਾਰੀ ਹੈ, ਉਹ ਦਲਿਤ ਔਰਤ ਦੇ ਬਲਤਕਾਰ ਕਰ ਰਹੇ ਨੇ ਉਸ ਪਾਤਾਲ ਲੋਕ ਦੇ ਵੈਬ ਸੀਰੀਜ਼ ਦੇ ਵਿੱਚ। ਇੱਕ ਤਾਂ ਘੱਟ ਗਿਣਤੀ ਜਾਂ ਸਿੱਖ ਧਰਮ ਦੇ ਲੋਕਾਂ ਨੂੰ ਗਲਤ ਪੇਸ਼ਕਾਰੀ ਕਰਨ ਦੀ ਮੁੱਦਾ ਹੈ, ਦੂਜਾ ਸ਼ਡਿਊਲ ਕਾਸਟ ਨੂੰ ਦੇ ਨਾਂ ਵਾਰ ਵਾਰ ਲੈ ਕੇ ਸ਼ਡਿਊਲ ਕਾਸਟ ਦੇ ਖਿਲਾਫ਼ ਭੜਕਾਓ ਵਰਗੇ ਸ਼ਬਦਾਵਲੀ ਵਰਤੋਂ ਕੀਤੀ ਗਈ ਹੈ, ਉਸ ਤੋਂ ਇਲਾਵਾ ਔਰਤ ਦੀ ਬੇਇੱਜ਼ਤੀ ਹੈ। ਇਸ ਲਈ ਮੈਂ ਨੈਸ਼ਨਲ ਕਮਿਸ਼ਨ ਫਾਰ ਵੁਮੈਨ, SC/ST ਕਮਿਸ਼ਨ ਅਤੇ ਮਾਈਨੋਰਟੀ ਕਮਿਸ਼ਨ ਨੂੰ ਖਤ ਲਿਖਿਆ ਜੀ, ਤਾਂ ਕਿ ਸੈਂਸਰ ਹੋਵੇ, ਸੈਂਸਰ ਹੋ ਕੇ ਹੀ ਵੈਬ ਸੀਰੀਜ਼ OTT ਪਲੇਟਫਾਰਮ 'ਤੇ ਆਉਣਾ ਚਾਹੀਦਾ, ਨਹੀਂ ਤਾਂ ਨਹੀਂ ਆਉਣਾ ਚਾਹੀਦਾ। ਸੈਂਸਰ ਬੋਰਡ ਇਸ ਤੋਂ ਜਵਾਬ ਦੇਵੇ। ਨਹੀਂ ਜੇ ਹੁਣ ਤੁਸੀਂ ਲੈਟਰ ਤਾਂ ਲਿਖਤਾ, ਲੈਟਰ ਲਿਖ ਕੇ ਜੇ ਕਹੀਏ ਜ਼ਿੰਮੇਦਾਰੀ ਖਤਮ ਨਹੀਂ ਹੁੰਦੀ ਹੈਗੀ, ਜੇ ਤੁਸੀਂ ਇਹ ਮੁੱਦਾ ਚੱਕੀ ਹੈ, ਕਾਰਵਾਈ ਨਾ ਕੋਈ ਕਰੀ ਉਹਨਾਂ ਨੇ, ਪਹਿਲੀ ਗੱਲ ਤਾਂ ਇਹ ਕਮਿਸ਼ਨ ਦੇਖਣਗੇ ਉਹਨਾਂ ਨੂੰ ਜੇ ਉਹਨਾਂ ਨੂੰ ਸਹੀ ਲੱਗਿਆ, ਪਰ ਜੇ ਤੁਹਾਨੂੰ ਲੱਗਦਾ ਕਿ ਉਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਹੈਗੀ, ਫਿਰ ਅੱਗੇ ਦਾ ਕੀ ਰੱਖੂਗਾ? ਕੋਰਟ 'ਚ ਵੀ ਜਾਓਗੇ ਫਿਰ ਜੀ? ਬਿਲਕੁਲ, ਅਗਲੇ ਹਫ਼ਤੇ, ਅਗਲੇ ਮਹੀਨੇ 16 ਤਾਰੀਖ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਮੇਰਾ ਸੁਣਵਾਈ ਹੈ ਜੀ। ਉੱਥੇ ਮੈਂ ਜ਼ਰੂਰ ਇਸ ਮੁੱਦੇ 'ਤੇ ਆਵਾਜ਼ ਉਠਾਵਾਂਗਾ ਅਤੇ ਪੇਸ਼ ਕਰਾਂਗਾ ਐਫੀਡੇਵਿਟ ਕਿ ਉੱਥੇ ਸੈਂਸਰ ਬੋਰਡ ਦੀ ਕੰਮ ਕੀ ਹੈ, ਮਿਨਿਸਟਰੀ ਆਫ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਦੀ ਕੰਮ ਕੀ ਹੈ, OTT ਪਲੇਟਫਾਰਮ 'ਤੇ ਤੁਸੀਂ ਮਨਮਰਜ਼ੀ ਵੈਬ ਸੀਰੀਜ਼, ਮਨਮਰਜ਼ੀ ਫਿਲਮ ਰਿਲੀਜ਼ ਨਹੀਂ ਕਰ ਸਕਦੇ ਬਿਨਾਂ ਸੈਂਸਰ। ਇਸ ਲਈ ਮੈਂ ਆਵਾਜ਼ ਜ਼ਰੂਰ ਉਠਾ ਕੇ ਮਾਨਯੋਗ ਕੋਰਟ ਨੂੰ ਮੈਂ ਦੱਸ ਦੇਣਾ ਸਾਰੇ ਮੁੱਦੇ। ਮੈਨੂੰ ਪੂਰਾ ਆਸ ਤੇ ਉਮੀਦ ਹੈ ਮਾਨਯੋਗ ਮੰਤਰੀ, ਮਿਨਿਸਟਰੀ ਆਫ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਜਾਗ ਜਾਣਗੇ, ਸੈਂਸਰ ਬੋਰਡ ਜਾਗੇਗੀ ਅਤੇ ਇਹੋ ਜਿਹਾ ਵੈਬ ਸੀਰੀਜ਼ 'ਤੇ, ਇਹੋ ਜਿਹਾ ਫਿਲਮ 'ਤੇ ਪਾਬੰਦੀ ਲਗਾ ਕੇ ਸੈਂਸਰ ਬੋਰਡ 'ਤੇ ਪਾਸ ਹੋ ਕੇ ਹੀ OTT ਪਲੇਟਫਾਰਮ ਤੱਕ ਪਹੁੰਚਦੇ ਜੀ। ਦੇਖਦੇ ਹਾਂ ਕਿ ਵੈਬ ਸੀਰੀਜ਼ ਦੇ ਉੱਤੇ ਅਡਲਟ ਫਿਲਮਾਂ ਵੀ ਆ ਰਹੀਆਂ ਹੈਗੀਆਂ ਨੇਗੀਆਂ, ਬੜੀਆਂ ਜੇ ਕਹੀਏ ਚੰਗੇ ਬੈਨਰਾਂ 'ਤੇ ਉਹ ਜਿਹੜੀਆਂ ਨੇ ਕਿ ਅੱਗੇ ਰਿਲੀਜ਼ ਹੁੰਦੀਆਂ ਹੈਗੀਆਂ ਨੇ, ਪਰ ਸੈਂਸਰ ਬੋਰਡ ਤਲੀਆਂ ਹੋਈ ਫਿਲਮਾਂ ਨੂੰ ਦੇਖਦਾ ਜਿਹੜੀਆਂ ਸਿਨੇਮਿਆਂ ਦੇ ਵਿੱਚ ਰਿਲੀਜ਼ ਹੁੰਦੀਆਂ ਨੇ, ਤੁਸੀਂ ਸਮਝਦੇ ਹੋ ਕਿ ਉਹਦੀ ਜਾਂ ਤਾਂ ਫਿਰ ਇੱਕ ਜੇ ਕਹੀਏ ਕਿ ਲਾਈਨ ਵਧਾ ਦੇਣੀ ਚਾਹੀਦੀ ਹੈ ਸੈਂਸਰ ਬੋਰਡ ਦੀ, ਤਾਂ ਕਿ ਇਹ ਵੀ ਉਹਨਾਂ ਦੇ ਕ੍ਰਾਈਟੇਰੀਆ 'ਚ ਆਉਣ? ਜੀ ਜੀ, 1952 ਦੇ ਵਿੱਚ ਇੱਕ ਐਕਟ ਬਣਿਆ ਹੋਇਆ, ਸਿਨੇਮਾਟੋਗ੍ਰਾਫੀ ਐਕਟ, ਇਹਦੇ ਤਹਿਤ ਹੀ ਸੈਂਸਰ ਬੋਰਡ ਸਾਰੇ ਦੇ ਸੈਂਸਰ ਕਰਦੇ ਨੇ। ਮੈਂ ਮੰਗ ਕਰਦਾ ਹੈ, ਮੇਰੇ ਖਤ ਵਿੱਚ ਵੀ ਲਿਖਿਆ ਮੈਂ, ਤੁਸੀਂ ਸੈਂਸਰ ਬੋਰਡ ਖੁਦ ਮੰਗ ਕੀਤਾ ਜਾਵੇ ਕੈਬਨਿਟ ਤੋਂ, ਪਾਰਲੀਮੈਂਟ ਤੋਂ, ਕਿ ਸਿਨੇਮਾਟੋਗ੍ਰਾਫੀ ਐਕਟ ਦੇ ਵਿੱਚ ਸ਼ੋਧ ਕੀਤਾ ਜਾਵੇ। 1952 ਸਿਨੇਮਾਟੋਗ੍ਰਾਫੀ ਦੇ ਵਿੱਚ ਉੱਥੇ ਜੇਕਰ ਸ਼ੋਧ ਹੋਵੇ ਤਾਂ ਕਿ OTT ਪਲੇਟਫਾਰਮ 'ਤੇ ਜਾਰੀ ਹੋਣ ਵਾਲੇ ਸਾਰੇ ਵੈਬ ਸੀਰੀਜ਼, ਸਾਰੇ ਫਿਲਮ, ਸਾਰੇ ਗਾਣੇ ਸੈਂਸਰ ਹੋ ਕੇ ਹੀ ਪੇਸ਼ ਹੋਵੇ ਇੰਟਰਨੈਟ 'ਤੇ। ਇਹ ਜੇਕਰ ਉਹ ਸੋਧ ਹੋਵੇ ਸਿਨੇਮਾਟੋਗ੍ਰਾਫੀ ਐਕਟ ਦੇ ਵਿੱਚ, ਇਹ ਹੋ ਸਕਦਾ ਹੈ। ਮੇਰਾ ਮਕਸਦ ਇੱਕੋ ਇੱਕ ਹੈ, ਸਿਨੇਮਾਟੋਗ੍ਰਾਫੀ ਐਕਟ ਦੇ ਵਿੱਚ ਸੋਧ ਹੋਵੇ। ਅਤੇ ਜੇਕਰ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹਨਾਂ ਨੂੰ ਭੇਜਿਆ ਹੈਗਾ, ਮੇਨ ਤੌਰ 'ਤੇ ਜੇ ਕਿਹਾ ਜਾਵੇ ਜਿਹੜੀ ਇਹ ਫਿਲਮ ਦੇ ਪਤਾਲ ਲੋਕ ਦੀ ਜੀ ਗੱਲ ਕੀਤੀ ਜਾਵੇ ਤਾਂ ਪਤਾਲ ਲੋਕ ਦੇ ਵਿੱਚ ਤੁਸੀਂ ਹਜੇ ਤੱਕ ਟ੍ਰੇਲਰ ਦੇਖਿਆ ਹੋਣਾ, ਕੀ ਪਤਾ ਕਹਾਣੀ ਦੇ ਵਿੱਚ ਕੁਝ ਹੋਰ ਹੋਵੇ, ਯਾਨੀ ਕਿ ਉਹਦਾ ਮੈਸੇਜ ਕੋਈ ਚੰਗਾ ਦੇਣ ਦੀ ਕੋਸ਼ਿਸ਼ ਹੋਵੇ, ਇਹ ਵੀ ਤੁਹਾਨੂੰ ਦੇਖਿਆ? ਨਹੀਂ, ਮੈਸੇਜ ਭਾਵੇਂ ਉਹ ਚੰਗੇ ਦੇ ਰਹੇ ਹੋਣ, ਪਰ ਤੁਸੀਂ ਔਰਤ ਨੂੰ ਬੇਇੱਜ਼ਤੀ ਨਹੀਂ ਕਰ ਸਕਦੇ। ਸਿੱਖ ਸਮੁਦਾਇ ਜਾਂ ਅੰਮ੍ਰਿਤਧਾਰੀ ਨੂੰ ਬਲਤਕਾਰੀ ਦੇ ਰੂਪ ਵਿੱਚ ਪੇਸ਼ ਨਹੀਂ ਕਰ ਸਕਦੇ, ਜੋ ਮਾਈਨੋਰਟੀ ਕਮਿਊਨਿਟੀ ਦੀ ਭਾਵਨਾ ਨੂੰ ਭੜਕਾਉਣ ਦੇਣ ਵਾਲਾ ਮੁੱਦਾ ਬਣ ਜਾਂਦੀ ਹੈ। ਇਸ ਤੋਂ ਇਲਾਵਾ ਉਸ ਦ੍ਰਿਸ਼ਾਵਲੀ ਦੇ ਵਿੱਚ ਵਾਰ ਵਾਰ ਉਸ ਜਾਤੀ ਦੀ ਵਰਤੋਂ ਕੀਤੀ ਜਾ ਰਹੀ ਹੈ, ਬੰਜਾਰਾ ਕਮਿਊਨਿਟੀ, ਬੰਜਾਰ ਦੀ ਗਾਲੀ ਗਲੋਚ ਵੀ ਹੈਗਾ। ਕਹਿਣ ਦਾ ਭਾਵ ਹੈ ਇਹ ਸਾਰੇ ਗੈਰ ਕਾਨੂੰਨੀ ਹੈ, ਇਸ 'ਤੇ ਪਾਬੰਦੀ ਲਗਾਉਣ ਲਈ ਮੈਂ DGP ਪੰਜਾਬ ਨੂੰ ਸ਼ਿਕਾਇਤ ਕੀਤੀ ਹੈ, SSP ਚੰਡੀਗੜ੍ਹ ਨੂੰ ਸ਼ਿਕਾਇਤ ਕੀਤੀ, ਕ੍ਰਿਮੀਨਲ ਕੇਸ ਵੀ ਚਲੇਗੀ ਨਾਲ ਸਿਨੇਮਾਟੋਗ੍ਰਾਫੀ ਐਕਟ ਦੀ ਸ਼ੋਧ ਲਈ ਮੈਂ ਲੜਾਈ ਕਰਦਾ ਰਹਾਂਗਾ। ਉਸ ਤੋਂ ਨਾਲ ਡਾਇਰੈਕਟਰ, ਇਸ ਦੇ ਨਾਲ ਪ੍ਰੋਡਿਊਸਰ ਦੀ, ਵੈਬ ਸੀਰੀਜ਼ ਦੀ ਪ੍ਰੋਡਿਊਸਰ ਡਾਇਰੈਕਟਰ ਦੇ ਖਿਲਾਫ਼
क्रिमिनल केस चलेगी, किवें तुसी माइनॉरिटी दी या अमृतधार दी गलत पेशकारी की, दलित दी वरतों क्यों की, तुसी ये सारे मुद्दे उठेगी। जे असीं पहलां भी कई वैब सीरीज देखते हैं, वैब सीरीज दे विच कई जे देखा जाए गाली गलोच या अडल्ट सीनज ने जिहड़े उह आम तौर ते देखे जाते हैं, शोध का मतलब यही तुसी समझते हो कि ये सारिया चीज़ों की काबू होण। चलो इत्थे मसला हो रहा है, पर दूजे पासे मसला हुण ये भी बनता है कि आखिरकार जिस तरह की अश्लीलता परोसी जा रही है वो चीज़ें भी रुकनिया चाहिए। बिल्कुल, सब प्रसिद्ध मानयोग पंजाब हरियाणा हाईकोर्ट 22/7/2019 दे विच स्पष्ट रूप विच कहा है, मेरे पीएल ते ये कहंदे ने, मानयोग हाईकोर्ट कहंदे ने कि अश्लील शराबी भड़काऊ गाने दृश्यावली किथे भी नहीं होना चाहिए, फिर वैब सीरीज से क्यों हो रहे ने। तुक तो ये बनती है कि जब कोर्ट कहता है मानयोग हाईकोर्ट किथे भी नहीं होना चाहिए तो ओटीटी प्लेटफॉर्म से भी नहीं होना चाहिए, सेंसर करो, सेंसर बोर्ड की कम की है, मिनिस्ट्री ऑफ इनफॉर्मेशन ब्रॉडकास्टिंग की कम की हैगा। साढ़े समाज के विच एको सवाल है, कोरोना वायरस तो लोग मर रहे ने, जानकारी दे ले ओटीटी प्लेटफॉर्म ने एक भी कम नहीं किया हुआ, अश्लील भड़काऊ शेड्यूल कास्ट में बेइज्जती करने वाले वैब सीरीज ला रहे ने, वो गैर कानूनी है, ये लड़ाई चलेगी। बिल्कुल कह सकते हैं कि हुण अगे देखना होगा आखिरकार इन शिकायतों के उत्ते असर की हुंदा है, क्योंकि जिस तरह के नाल वैब सीरीज बड़े एक तादाद दे विच एक जे कहीए कि अलग है जिहड़ा कि प्लेटफॉर्म बन के सामने आ रहा, आखिरकार कितने कितने पंडित राव ने भी स्पष्ट करता कि जेकर इन शिकायतों के उत्ते कोई कार्रवाई नहीं होंगी तो वह कोर्ट के भी जाएंगे, क्योंकि लगातार इन्हों की लड़ाई जे देखा जाए जिस तरह के नाल अश्लीलता हथियार वाले गाने होण उहदे विच पहला भी चल रही है, तो उस चीज़ को अगे वधाउणगे, क्योंकि वैब सीरीज़ के उत्ते भी कितना कितने सेंसर होना चाहिए, ये हुण लोड़ महसूस होने लग गई है कि आखिरकार जिस तरह के हुण फिल्मां ने जिहड़ियां वो अगे आ रही ने। वीडियो जर्नलिस्ट कमल दे नाल सुमी जोशी, डेली पोस्ट पंजाबी, चंडीगढ़।